السلام علیکم امید کرنا تمام اباؤٹ خرید دے نال ہو دے تو سن ویکھ رہے ہو ایس وی لاگ سٹوڈیو میں تھوڑا ہو شکیل عباس اور اج ساڈے کول انجینئر سنات لائے ائی تے تشریف لائے نے علی محمد صاحب اور تن علی محمد صاحب نال ملانے ہیں تے باقی اج فیس بک تے کچھ پکچراں ویکھنی نے ਕਣਕ ਦੀ ਬਿਜਾਈ ਦੇ ਹਵਾਲੇ ਨਾਲ ਔਰ ਉਹ ਵੀ ਮੈਂ ਡਿਸਕਸ ਕਰਾਂ ਜੀ ਇਹ ਨੇ ਜੀ ਅਲੀ ਮੁਹੰਮਦ ਮੁਗਲ ਸਾਹਿਬ ਅਤੇ ਹੁਣ ਤੁਹਾਨੂੰ ਕਣਕ ਦਾ ਤਰੀਕਾਕਾਰ ਦਿਖਾਉਂਦੇ ਹਾਂ ਆਓ ਜੀ ਤੁਸੀਂ ਮੁਲਾਹਜ਼ਾ ਕੀਤਾ ਹੈ ਕਿ ਖੱਟੇ ਬਣਾ ਕੇ ਅਤੇ ਵਕਤ ਜਿਸ ਤਰ੍ਹਾਂ ਥੂਮ ਲਾਇਆ ਜਾਂਦਾ ਹੈ ਲੈਣਾ ਅਤੇ ਜਾਂ ਮੁੰਜੀ ਲਾਈ ਜਾਂਦੀ ਹੈ ਇਸ ਤਰ੍ਹਾਂ ਥੂਮ ਜਿੰਨਾ ਫਾਸਲਾ ਰੱਖਿਆ ਗਿਆ ਔਰ ਇਸ ਦੀਆਂ ਮਜ਼ੀਦ ਤਸਵੀਰਾਂ ਅੱਗੇ ਜਿਹੜੀਆਂ ਉਗਾਈ ਜਾਂ ਜਿਸ ਤਰ੍ਹਾਂ ਇਹ ਫਸਲ ਤਿਆਰ ਹੁੰਦੀ ਉਹ ਵੀ ਪਿਕਚਰਾਂ ਹੈ ਨਾ ਉਹ ਮੈਂ ਦੇਖਦਾ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਉਗਾਈ ਨਹੀਂ ਅਤੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਅੱਧਾ ਮਤਲਬ ਕੱਦ ਹੋ ਚੁੱਕਾ ਹੈ ਇਹਨਾਂ ਦਾ ਔਰ ਇਸ ਤੋਂ ਅੱਗੇ ਜਿਹੜੀਆਂ ਸਿੱਟੇ ਵਾਲੀਆਂ ਤਸਵੀਰਾਂ ਨਜ਼ਰ ਆ ਰਹੀਆਂ ਮੰਨੂ ਸਾਹਿਬ ਦੀਆਂ ਤਸਵੀਰਾਂ ਨੇ ਅਤੇ ਉਹਨਾਂ ਤਕਰੀਬਨ 70 ਤੋਂ 80 ਮਾਣਾ ਫੀ ਏਕੜ ਦੀ ਐਵਰੇਜ ਦੱਸੀ ਹੈ ਔਰ ਇਹ ਬੀਜਣੀ ਚਾਹੀਦੀ ਹੈ ਮੈਂ ਤਮਾਮ ਐਲਾਬ ਨੂੰ ਮਸ਼ਵਰਾ ਦੇਵਾਂਗਾ ਕਿ ਇਸ ਤਰੀਕੇ ਨਾਲ ਵੀ ਇੱਕ ਚੈੱਕ ਜ਼ਰੂਰ ਕਰਨਾ ਜਲਦ ਚਾਹਾਂ ਦਾ ਸਲਾਮ।